ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਫਤਿਹ ਪ੍ਰਵਾਨ ਕਰੋ ਜਗਰਾਉਂ ਸ਼ਹਿਰ ਤੋਂ। ਜਗਰਾਉਂ ਮੰਡੀ ਦੇ ਵਿੱਚ ਖੜ੍ਹੇ ਹਾਂ, ਸੌਦਾ ਪੱਤਾ ਲੈਣ ਆਏ ਹਾਂ। ਕੱਲ ਆ ਨਹੀਂ ਸੀ ਹੋਇਆ, ਅੱਜ ਮੰਤਰੀ ਨੂੰ ਨਾਲ ਲੈ ਕੇ ਆਇਆ। ਹੋਰ ਮੰਤਰੀ ਠੀਕ ਠਾਕ? ਪੂਰਾ ਚੜ੍ਹਦੀ ਕਲਾ 'ਚ ਪੂਰੇ। ਅਤੇ ਅੰਮ੍ਰਿਤਸਰੀਆਂ ਦੀ ਦੁਕਾਨ 'ਤੇ ਖੜ੍ਹੇ ਹਾਂ ਇੱਥੇ ਮੰਡੀ ਦੇ ਵਿੱਚ। ਇੱਥੋਂ ਲੈਣਾ ਆ ਸੌਦਾ ਪੱਤਾ, ਥੋੜ੍ਹਾ ਬਹੁਤਾ ਲੈ ਲਿਆ ਅਤੇ ਮੋਟਰਸਾਈਕਲ 'ਤੇ ਜਿੰਨਾ ਕੁ ਜਾਂਦਾ ਉਨਾ ਕੁ ਆਪਾਂ ਲੈ ਜਾਣਾ, ਠੀਕ ਆ। ਇਹ ਹੈਗੀ ਆ ਮੰਡੀ, ਦਾਣਾ ਮੰਡੀ, ਜਿਹੜੀ ਜਗਰਾਉਂ ਦੀ ਮੇਨ ਮੰਡੀ ਹੁੰਦੀ ਸੀ ਪਹਿਲਾਂ, ਹੁਣ ਤਾਂ ਬਾਹਰਲੇ ਪਾਸੇ ਚਲੀ ਗਈ। ਜਿਹੜੀ ਕਣਕ ਝੋਨਾ ਜਿੱਥੇ ਆਪਾਂ ਲਾਉਂਦੇ ਹਾਂ ਹੁਣ, ਉਹ ਨਵੀਂ ਮੰਡੀ ਆ। ਇਹ ਹੈਗੀ ਆ ਪੁਰਾਣੀ ਦਾਣਾ ਮੰਡੀ ਜਗਰਾਉਂ ਸ਼ਹਿਰ ਦੇ ਵਿੱਚ। ਇੱਦਾਂ ਰੌਣਕ ਲੱਗੀ ਰਹਿੰਦੀ ਆ ਇੱਥੇ, ਉਹ ਘੋੜੇ ਘੋੜੇ ਖੜ੍ਹੇ ਰਹਿੰਦੇ ਆ ਜਿਹੜੇ ਖੱਚਰ ਰੇੜਿਆਂ ਵਾਲੇ। ਬੜੇ ਸਰਦੀ ਦਾ ਹੋਟਲ ਆ ਗਿਆ, ਚੌਂਕ ਆ ਗਿਆ, ਅਤੇ ਮੀਂਹ ਦੇ ਵਿੱਚ ਇੱਥੇ ਬਹੁਤ ਬੁਰਾ ਹਾਲ ਹੁੰਦਾ, ਪਾਣੀ ਪੂਣੀ ਪੂਰਾ ਖੜ੍ਹ ਜਾਂਦਾ ਇੱਥੇ। ਉਹ ਜਿਹੜਾ ਸਾਹਮਣੇ ਚੌਂਕ ਦਾ ਦੱਸਿਆ, ਗੱਡੀ ਟੇਢੀ ਲਾਈ ਹੋਈ ਹੈ, ਉੱਥੇ ਪੂਰਾ ਪਾਣੀ ਖੜ੍ਹਦਾ। ਬਾਕੀ ਹੁਣ ਕਰਦੇ ਹਾਂ ਗੱਲ ਘਰੇ ਜਾ ਕੇ, ਜਿਹੜਾ ਕੁਛ ਵੀ ਹੋਇਆ ਕੰਮ ਧੰਦੇ। ਵੈਸੇ ਤਾਂ ਨਿਬੇੜ 'ਤੇ ਆ ਕੰਮ ਧੰਦੇ ਤਾਂ, ਠੀਕ ਆ ਠੀਕ ਆ। ਅਤੇ ਬਾਕੀ ਕਰਦੇ ਹਾਂ ਗੱਲਬਾਤ ਘਰੇ ਜਾ ਕੇ। ਮੰਤਰੀ ਸਾਹਿਬ ਨੂੰ ਫੋਨ ਆ ਗਿਆ, ਇੱਕ ਤਾਂ ਮੰਤਰੀ ਸਾਹਿਬ ਨੂੰ ਫੋਨ ਬਹੁਤ ਆਉਂਦੇ ਆ। ਕੌਣ ਸੀ? ਸਰਵਾਰਾ ਕੀ ਲੈ ਕੇ ਜਾਣਾ? ਕਹੀ ਅਤੇ ਫੌੜਾ, ਠੀਕ ਆ। ਬਸ ਅੱਜ ਇਹਨਾਂ ਦਾ ਖਹਿੜਾ ਵੀ ਛੁੱਟ ਜਾਣਾ, ਛੁਡਾ ਲੈਣੇ ਅੱਜ ਆਪਾਂ ਇਹ, ਇਹਨਾਂ ਦੀ ਕਣਕ ਬੀਜੀ ਜਾਣੀ ਹੈ ਵਿਹਲੇ ਬਸ। ਕਿਵੇਂ ਫਿਰ ਹੁਣ ਐਂ ਖੁਸ਼ੀ ਜੀ ਮਹਿਸੂਸ ਹੁੰਦੀ ਆ ਵੀ ਬਸ ਫਤਿਹ ਹੋ ਜਾਣਾ ਕੰਮ? ਖੁਸ਼ੀ ਵੀ ਨਹੀਂ ਵੀ, ਕੰਮ ਕੁੰਮ ਦਾ ਪਰ ਕਿੱਥੇ ਮੁੱਕਣੇ ਆ ਬੰਦਾ, ਕੰਮ ਲੱਗਿਆ ਬੰਦਾ ਕਿੱਥੇ ਵਿਹਲਾ ਹੋਏ, ਬੰਦਾ ਮੁੱਕ ਜਾਂਦਾ ਕੰਮ ਨਹੀਂ ਮੁੱਕਦੇ। ਪਰ ਕੰਮ ਚੱਲਦੇ ਰਹਿੰਦੇ ਆ, ਆਪਾਂ ਕਰਦੇ ਛੇਤੀ ਕੋਈ ਵੀ ਕੰਮ ਆ ਵੀ ਨਿਬੜ ਜੇ, ਅਤੇ ਐਂਡ ਦੇ ਵਿੱਚ ਕੰਮ ਉਦੋਂ ਹੀ ਮੁੱਕਣਾ ਜਦੋਂ ਬੰਦਾ ਮੁੱਕਣਾ। ਕੰਮ ਚੱਲਦੇ ਰਹਿਣਾ, ਕੰਮ ਨਹੀਂ ਰੁਕਦੇ, ਠੀਕ ਆ। ਅੱਜ ਆਪਾਂ ਕਰਦੇ ਹਾਂ ਕੰਮ, ਕੱਲ੍ਹ ਨੂੰ ਕੋਈ ਹੋਰ ਕਰੀ ਜਾਊਗਾ, ਕੰਮ ਤਾਂ ਚੱਲਦੇ ਰਹਿਣੇ ਆ, ਕੰਮ ਨਹੀਂ ਰੁਕਦੇ ਉਹਦੇ। ਹਾਂ, ਅਤੇ ਕਹਿੰਦਾ ਨਾ ਕਰ ਛੇਤੀ ਤੈਨੂੰ ਖਾ ਜੂਗੀ, ਠੀਕ ਆ। ਕੋਈ ਵੀ ਕੰਮ ਆ ਜਿਹੜਾ ਰਿਦਮ ਦੇ ਵਿੱਚ ਰਹਿ ਕੇ ਹੁੰਦਾ, ਹੌਲੀ ਹੌਲੀ ਮਸਤੀ ਦੇ ਨਾਲ ਚਲੋ ਚੱਲ ਕਰੀ ਚੱਲੋ, ਅਤੇ ਛੇਤੀ ਨਾ ਕਰੋ ਕਿਸੇ ਵੀ ਕੰਮ ਦੇ ਵਿੱਚ, ਹੈ ਨਾ। ਕਹਿੰਦੇ ਨਾ ਪੌੜੀ ਬਾਈ ਪੌੜੀ ਸਟੈਪ ਬਾਈ ਸਟੈਪ ਚੜ੍ਹਦਾ ਜਾ, ਅਤੇ ਮੰਜ਼ਿਲਾਂ ਨੂੰ ਆਪਦੀਆਂ ਨੂੰ ਹੱਥ ਪਾਉਂਦੇ ਜਾਓ। ਅਤੇ ਮਿਲਦੇ ਆ ਦੋਸਤੋ ਅੱਗੇ, ਕੀ ਗੱਲਬਾਤ ਬਣਦੀ ਆ ਦਿਖਾਉਂਦੇ ਹਾਂ ਤੁਹਾਨੂੰ। ਜਗਰਾਉਂ ਅਸੀਂ ਗਏ ਸੀ ਦੁਪਹਿਰੇ, ਅਤੇ ਹੁਣ ਟਾਈਮ ਹੋ ਗਿਆ ਸ਼ਾਮ ਦਾ। ਸੂਰਜ ਜੇ ਦਿਸਦਾ ਹੋਵੇ, ਇਹ ਕਿੱਧਰ ਆ, ਇਹਦਾ ਨਹੀਂ, ਇਹਦੇ 'ਚ ਉਹ ਮਾੜਾ ਜਿਹਾ ਦਿਸਦਾ ਹੁਣ ਤਾਂ ਸੁਬਹਾ। ਇੰਨਾ ਕੁ ਸੂਰਜ ਖੜ੍ਹਾ, 4:30 ਦਾ ਟਾਈਮ ਹੋ ਗਿਆ, ਅਤੇ ਅੱਗਾਂ ਲੱਗਣ ਕਰਕੇ ਨਾ ਚਾਰੇ ਪਾਸੇ ਧੂੰਆਂ ਹੀ ਧੂੰਆਂ ਵਾ, ਐਂ ਲੱਗਦਾ ਜਿਵੇਂ ਬਹੁਤ ਸ਼ਾਮ ਹੋ ਗਈ ਹੁੰਦੀ ਆ। ਹੁਣ ਮੈਂ ਚੱਲਿਆ ਸੀਗਾ ਮੰਤਰੀ ਹੋਣਾ ਕੋਲ, ਕਣਕ ਬੀਜਦੇ ਆ ਲਾਸਟ ਦਿਨ ਅੱਜ, ਬਸ ਕਣਕ ਬੀਜੀ ਜਾਣੀ ਆ, ਅਤੇ ਇੱਕ ਦੋ ਕੰਮ ਕਰਨ ਲੱਗ ਗਿਆ ਸੀ ਮੈਂ, ਵੀਡੀਓ ਨਹੀਂ ਬਣਾ ਹੋਈ। ਅਤੇ ਹੁਣ ਅਸੀਂ ਥੋੜ੍ਹਾ ਜਿਹਾ ਰਾਤ ਨੂੰ ਕੰਮ ਕਰਨਾ ਹੈਗਾ, ਤੂੜੀ ਚੱਕਣੀ ਆ। ਤੂੜੀ ਦਾ ਕੰਮ ਬੜਾ ਕੱਬਾ ਕੰਮ ਹੁੰਦਾ, ਕੰਡ ਹੁੰਦੀ ਆ ਪੂਰੀ ਤੂੜੀ ਦੇ ਵਿੱਚ, ਇੱਕ ਗਰਦ ਚੜ੍ਹਦੀ ਆ ਤੂੜੀ ਦਾ, ਹੋ ਗਿਆ ਪਰਾਲੀ ਦਾ ਕੰਮ ਹੋ ਗਿਆ, ਕੱਬੇ ਕੰਮ ਹੀ ਆ ਸਾਰੇ। ਅਤੇ ਆ ਜਾਓ ਤੁਹਾਨੂੰ ਮਿਲਾਉਣਾ ਮੰਤਰੀ ਉਹਨਾਂ ਦੇ ਨਾਲ, ਕੀ ਹਾਲਤ ਆ ਉਹਨਾਂ ਦੀ। ਇਸ ਕਵੇਲੇ ਤਾਂ ਨਾ ਡੈਮੇਜ ਹੋ ਜਾਂਦੇ ਸਾਰੇ ਹੀ, ਕਿਉਂਕਿ ਸਵੇਰ ਦੇ ਕੰਮ ਕਰਦੇ ਹੁੰਦੇ ਆ, ਅਤੇ ਅੱਖਾਂ ਜਿਹੀਆਂ ਬੰਦ ਹੋਣ ਲੱਗ ਜਾਂਦੀਆਂ, ਡੈਮੇਜ ਐਨਰਜੀ ਜੀ ਖਤਮ ਹੋ ਜਾਂਦੀ ਆ ਇਸ ਕਵੇਲੇ। ਆ ਜਾਓ ਮਿਲਾਉਂਦੇ ਹਾਂ ਮੰਤਰੀ ਉਹਨਾਂ ਨਾਲ। ਪਹੁੰਚ ਗਿਆ ਮੈਂ ਮੰਤਰੀ ਕੋਲ, ਅਤੇ ਮੈਂ ਰਾਹ ਦੇ ਵਿੱਚ ਮੁੜ ਗਿਆ ਸੀ ਰੇਹ ਚੱਕਣ, ਅਤੇ ਆ ਫਿਰ ਬੈਠਾ ਮੰਤਰੀ ਦੁਪਹਿਰ ਵਾਲਾ ਹੀ ਆ। ਇਸ ਵੇਲੇ ਤਾਂ ਮੈਂ ਕਿਹਾ ਬੁਝੇ ਜਿਹੇ ਹੁੰਦੇ ਆ, ਐਨਰਜੀ ਜੀ ਖਤਮ ਹੋ ਜਾਂਦੀ ਆ, ਹੈ ਨਾ। ਪਰ ਮੈਂ ਕਹਿੰਦਾ ਤੂੰ ਚਮਕਦਾ ਹੁਣ, ਦੁਪਹਿਰੇ ਘੱਟ ਚਮਕਦਾ ਸੀ ਜਦੋਂ ਆਪਾਂ ਜਗਰਾਉਂ ਗਏ ਸੀ। ਅੱਛਾ, ਫਿਰ ਮੈਂ ਧਿਆਨ ਨਾਲ ਨਹੀਂ ਦੇਖਿਆ ਉਦੋਂ ਆਪਾਂ ਛੇਤੀ ਛੇਤੀ 'ਚ ਮੁੜਿਆ ਨਾ, ਪਤਾ ਨਹੀਂ। ਮੰਤਰੀ ਹੋਣਾ ਦੀ ਨਾ ਜਿਹੜਾ ਕੈਨੇਡਾ ਵਾਲਾ ਬਾਪੂ ਆਇਆ ਨਵਾਂ, ਬਹੁਤ ਨੇਰੀ ਲਿਆਉਂਦਾ ਬਾਈ, ਹੈ ਮੰਤਰੀ ਲਿਆਉਂਦਾ ਪੂਰੀ ਨੇਰੀ। ਨਹੀਂ ਆਇਆ ਤਾਂ ਬੰਦਾ ਵੱਡਾ, ਉਹ ਕਹਿੰਦਾ ਅਭੀ ਤੋਂ ਅਭੀ ਕੰਮ ਹੋਣਾ ਚਾਹੀਏ, ਜੇ ਇਹਨੂੰ ਕੋਈ ਇਹਨੂੰ ਕਹਿੰਦਾ ਜੇ ਇਹਨੂੰ ਬੰਦਾ ਕਹਿ ਜਾਵੇ ਵੀ ਤੂੰ ਆਹ ਕੰਮ ਕਰ ਲਾ ਵੀ ਜਾਂ ਵੱਟਾਂ ਘੱਟ ਲਾ, ਉਹ ਕਹਿੰਦਾ ਨੋ ਤੂੰ ਆਹ ਕੰਮ ਕਰ।
ਦੂਜਾ ਕਹਿ ਜਾਂਦਾ ਨਹੀਂ ਤੂੰ ਆਹ ਕੰਮ ਕਰ ਤਾਂ ਹੀ ਨਹੀਂ ਕੰਮ ਨਿਬੜਦਾ ਨਾ ਥੋੜ੍ਹਾ 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 ਕੰਮ ਫਿਰ ਸਾਰਿਆਂ ਦਾ ਕਰਨਾ ਪੈਂਦਾ ਆਹ ਹਾਲ ਆ ਇਹਨਾਂ ਦੇ ਹੋਰ ਕੋਈ ਵਿਚਾਰ ਪੇਸ਼ ਕਰਨਾ ਆਵੇ ਮੰਤਰੀ ਬਸ ਤੇਰੇ ਸਾਹਮਣੇ ਚਿੱਟੇ ਰੰਗ ਦਾ ਡਾਈ ਤੇ ਚਿੱਟੇ ਰੰਗ ਦਾ ਯੂਰੀਆ ਚਿੱਟਾ ਨਹੀਂ ਹੈਗਾ ਡਾਈ ਉਹ ਆ ਪਿਸਤਾ ਜਿਹੇ ਕਲਰ ਦਾ ਰੰਗ ਬਹੁਤ ਸੋਹਣਾ ਸੱਜਣਾ ਕਿੱਥੇ ਪੱਲੇ ਪੈ ਗਿਆ ਤੂੰ ਅੜੀ ਕਿੱਧਰ ਚੱਕ ਲਾ ਬਾਅਦ ਚ ਲਾਇਆ ਮੈਂ ਸਕੂਟਰੀ ਚੱਕ ਲਿਆ ਯਾਰ ਕਬਰ ਆਉਣਾਗਾ ਤੂੰ ਕਮਾਲ ਕਰਦਾ ਆ ਜਾ ਸ਼ਾਬਾਸ਼ ਅੱਜ ਇਹ ਵੀ ਡਿੱਕ ਆਇਆ ਹੋਇਆ ਇਹਨਾਂ ਦੀ ਕਣਕ ਨੂੰ ਨਾ ਠੰਡ ਲੱਗਦੀ ਆ ਹੁਣ ਸੁਹਾਗੇ ਨਾਲ ਲੁਕਾਉਣ ਲੱਗਿਆ ਪਹਿਲਾਂ ਨੰਗੀ ਰੱਖ ਲਈ ਇਹਨਾਂ ਨੇ ਕਣਕ ਹੈ ਠੰਡ ਲੱਗਦੀ ਕਣਕ ਨੂੰ ਉਹ ਤਾਂ ਗਰਮੀ ਸੀ ਠੀਕ ਚਲੋ ਬਈ ਚਾਬੀ ਸਕੂਟਰੀ ਦੀ ਚਾਬੀ ਬੈਚੀ ਆ ਹੁਣ ਦੱਸ ਭਾਈ ਕਿੰਨੇ ਦਿਨ ਹੋ ਗਏ ਕਣਕ ਬੀਜੀ ਨੂੰ ਦੋ ਦਿਨ ਹੋਏ ਸਹੀ ਸਹੀ ਦੱਸ ਦੋ ਦਿਨ ਹੋਏ ਆ ਪਰਸੋਂ ਬੀਜੀ ਆ ਪਰਸੋਂ ਹੀ ਰਾਤ ਲੰਘੀ ਤੇ ਕੱਢੀ ਕਣਕ ਨੂੰ ਲੱਗਦੇ ਨੇ ਇਹਨੂੰ ਠੰਡ ਤੇ ਹੁਣ ਲੁਕਾਉਣ ਲੱਗਿਆ ਸੁਹਾਗੇ ਨਾਲ ਸੁਹਾਗਾ ਜੀ ਆ ਕਰਦੀ ਕੀ ਆ ਦੇਖੀ ਤੇਰੀ ਤੇਰੀ ਮਾਰਦੀ ਉਸ ਵਾਗ ਤੇ ਵੀ ਰੁਕ ਜੂ ਨਹੀਂ ਰੁਕਦੀ ਮੇਰੇ ਠੰਡ ਆ ਕੱਚਾ ਥਾਂ ਹੀ ਆ ਕੋਈ ਨਹੀਂ ਹੁੰਦਾ ਕਿੰਨੇ ਕੁ ਤਰਗੜਾ ਵੱਜ ਜਾਣਗੀਆਂ ਖਾਲ ਖੋਲ ਘੜ ਨੂੰ ਬਹੁਤ ਵਧੀਆ ਆਪਦੇ ਤੇਰੇ ਵਿੱਚ ਦੀ ਵਧੀਆ ਸਾਡੇ ਤੇਰੇ ਲਈ ਵਧੀਆ ਭਰਾਵਾ ਸਾਡੀ ਢੂਈ ਦੂਗੂ ਤੇਰਾ ਚੱਲ ਗਿਆ ਹਾਂ ਇਹਦੇ ਨਾਲ ਕਿੱਥੇ ਘੜ ਹੁੰਦੀ ਆ ਤਾਂ ਉਹਦੇ ਫੋੜਾ ਚੱਲਦਾ ਖਾਲ ਤੇ ਦਾ ਬਾਕੀ ਬੋਲੀ ਦੱਸੋ ਆਪਦੇ ਵਿਚਾਰ ਬੋਲੀ ਠੀਕ ਆ ਰਾਤ ਕਿੱਥੇ ਗਵਾ ਚ ਗਿਆ ਸੀ ਤੂੰ ਮੈਨੂੰ ਇਹ ਦੱਸ ਪਹਿਲਾਂ ਉਹਨਾਂ ਨੂੰ ਕਰੀ ਆਵੇ ਨਾ ਕਹਿੰਦਾ ਮੈਨੂੰ ਛੱਡਿਆ ਉੱਥੇ ਮੈਂ ਕੁਛ ਹੁਣ ਨਵੇਰ ਨੇ ਇਹਦੇ ਸਤਿਕਾਲ ਦੋਸਤੋ ਅੱਜ ਦੂਜਾ ਦਿਨ ਰਾਤ ਆਪਾਂ ਤੂੜੀ ਚੱਕੀ ਨਹੀਂ ਅਤੇ ਅੱਜ ਚੱਕਣ ਲੱਗੇ ਹਾਂ ਮੰਤਰੀ ਸਾਹਿਬ ਲੈਂਦੇ ਨਾਲ ਹੋਰ ਠੀਕ ਆ ਵਧੀਆ ਠੀਕ ਆ ਅੱਜ ਕਹਿੰਦੇ ਵੀ ਜਵਾਨੀ ਤੂੜੀ ਉਹ ਤੂੜੀ ਹੋਈ ਵੀ ਆ ਤੂੜੀ ਚੱਕ ਰਹੇ ਹਾਂ ਅੱਜ ਵੰਡਾਂ ਭਰ ਭਰ ਕੇ ਰੱਖੀ ਜਾਂਦੇ ਹਾਂ ਇੱਥੇ ਪਈ ਸੀ ਅੰਮ੍ਰਿਤ ਵਾਲੇ ਘਰੇ ਖਰਾਬ ਹੋ ਗਈ ਅੱਧੀ ਅੱਧੀ ਤਾਂ ਨਹੀਂ ਹੋਈ ਥੋੜ੍ਹੀ ਜਿਹੀ ਖਰਾਬ ਹੋਈ ਆ ਦੋ ਤਿੰਨ ਕੁ ਪੰਡਾਂ ਖਰਾਬ ਹੋ ਗਈਆਂ ਉੱਪਰੋਂ ਨਾ ਇਹ ਚੋਂਦਾ ਸੀਗਾ ਅਤੇ ਹੁਣ ਇਹਨੂੰ ਆਪਾਂ ਚੱਕ ਕੇ ਇੱਥੋਂ ਲੈ ਜਾਣਾ ਉੱਧਰ ਘਰੇ ਟਾਵਰ ਲੱਗਿਆ ਹੋਇਆ ਇੱਥੇ ਜੀਓ ਦਾ ਅਤੇ ਮੰਤਰੀ ਸਾਹਿਬ ਕੋਈ ਵਿਚਾਰ ਕੱਲ੍ਹ ਛੜਾ ਲਿਆਂਦਾ ਇਹਨਾਂ ਨੂੰ ਕਣਕ ਬੀਜੀ ਗਈ ਅਤੇ ਅੱਜ ਇੱਧਰ ਤੂੜੀ ਬਸ ਥੋੜ੍ਹੀ ਜਿਹੀ ਰਹਿ ਗਈ ਚੱਕ ਕੇ ਫਿਰ ਵਿਹਲੇ ਡਾਟਾ ਕੇਬਲ ਅਡਾਪਟਰ ਪ੍ਰੋਟੈਕਟਰ ਤਾਂ ਲਵਾ ਕੇ ਦਊਂਗੀ ਪ੍ਰੋਟੈਕਟਰ ਸਾਹਮਣੇ ਸ਼ਾਪ ਤੇ ਫ੍ਰੀਜ ਲੱਗ ਜੂ ਨਹੀਂ ਤਾਂ ਲੱਗ ਗਈ ਕਵਰ ਕਵਰ ਦੇਣਾ ਰਹਿ ਜਾਣਾ ਨਾਲ ਲੈ ਲੈ ਨਵਾਂ ਫੋਨ 12 6GB ਰੈਮ ਅਤੇ 128GB ਮੈਮਰੀ ਹੈ ਆਪਾਂ ਇਸੇ ਕੇ ਜਗਰਾਉਂ ਠੰਡ ਲੱਗਦੀ ਆ ਆਪਾਂ ਇਸੇ ਜਗਰਾਉਂ ਫੋਨ ਲੈਣ ਫੋਨ ਲੈ ਲਿਆ ਅਤੇ ਲਵਾ ਕੇ ਪ੍ਰੋਟੈਕਟਰ ਵਗੈਰਾ ਅਤੇ ਕੁਝ ਖਾਣੇ ਪੀਂਦੇ ਹਾਂ ਫੋਨ ਲਿਆ ਏ 12 ਸੈਮਸੰਗ ਦਾ 6 128GB 14000 ਰੁਪਈਏ ਦਾ ਫੋਨ ਲਿਆ
ਫੋਨ ਲੈਣ ਦੀ ਖੁਸ਼ੀ ਦੇ ਵਿੱਚ ਪਾਰਟੀ ਕੀਤੀ ਰਾਜੂ ਫਾਸਟ ਫੂਡ ਤੇ ਦੱਸਦਾ ਵਿੱਚ ਤੇ ਗੱਲਬਾਤ ਓਕੇ ਰਿਪੋਰਟ ਆ ਇੱਥੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਵੀਡੀਓ ਹੈਗੀ ਸੀ ਦੋ ਦਿਨਾਂ ਦੀ ਕੱਲ੍ਹ ਦੀ ਅਤੇ ਅੱਜ ਦੀ ਅਤੇ ਕੱਲ੍ਹ ਨੂੰ ਹੋਰ ਬਣਾਵਾਂਗੇ ਨਵੀਂ ਅਤੇ ਇਹ ਵਾਲੀ ਹੁਣ ਆਪਾਂ ਇੱਥੇ ਬੰਦ ਕਰਾਂਗੇ ਅਤੇ ਜੋ ਕੁਛ ਵੀ ਤੂੜੀ ਤਾੜੀ ਚੱਕ ਲਈ ਜਿਹੜਾ ਕੁਛ ਵੀ ਸੀਗਾ ਅਤੇ ਲਾਈਕ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ।